ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਸਾਡੇ ਹੋਰ ਨਵੇਂ ਬਲੌਗ ਦੇ ਵਿੱਚ। ਤੇ ਅੱਜ ਆਪਾਂ ਚੱਲੇ ਹਾਂ ਜੀ ਹੁਸ਼ਿਆਰਪੁਰ, ਤੇ ਹੁਸ਼ਿਆਰਪੁਰ ਹੈਗੀ ਆਪਣੀ ਕਾਰ ਦੀ ਲਾਇਸੈਂਸ ਦੀ ਡਰਾਈਵਿੰਗ ਟੈਸਟ ਜਿਹੜਾ ਆਪਾਂ ਉਹ ਦੇਣ ਚੱਲੇ ਹਾਂ। ਤੇ ਬਾਕੀ ਜਿੰਨੇ ਵੀ ਚੈਨਲ ਤੇ ਨਵੇਂ ਆ, ਚੈਨਲ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਪੋਰਟ ਕਰੋ, ਤੇ ਤਾਂ ਕਿ ਜੋ ਅੱਗੇ ਨਵੇਂ ਨਵੇਂ ਬਲੌਗ ਆਉਣ। ਬਲੌਗ ਵੀ ਬਹੁਤ ਲੇਟ ਆ ਰਹੇ ਆ ਕਿਉਂਕਿ ਟਾਈਮ ਨਹੀਂ ਲੱਗ ਰਿਹਾ, ਥੋੜ੍ਹੇ ਆਪਣੇ ਕੋਈ ਸਟੂਡੀਓ ਦੇ ਕੰਮ ਕਰਨੇ ਹੁੰਦੇ, ਇਸ ਕਰਕੇ ਥੋੜ੍ਹਾ ਬਿਜ਼ੀ ਹੋਈਦਾ ਆ। ਤੇ ਬਾਕੀ ਹੁਣ ਪਿੰਡੋਂ ਨਿਕਲੇ ਹਾਂ, ਨੰਦਾ ਚੌਰ ਪਹੁੰਚ ਗਏ ਹਾਂ, ਅਤੇ ਪੰਪ ਤੋਂ ਤੇਲ ਪਵਾ ਕੇ ਅਤੇ ਹੁਣ ਹੁਸ਼ਿਆਰਪੁਰ ਵੱਲ ਜਾ ਰਹੇ ਹਾਂ। ਹੁਸ਼ਿਆਰਪੁਰ ਜਾ ਕੇ RTO ਦਫ਼ਤਰ, ਅਤੇ ਉੱਥੇ ਤੁਹਾਨੂੰ ਫਿਰ ਮਿਲਦੇ ਹਾਂ ਅਤੇ ਦਿਖਾਉਂਦੇ ਹਾਂ ਨਾਲੇ ਉੱਥੇ ਦਾ ਵਿਊ। ਮੇਰੇ ਹਿਸਾਬ ਨਾਲ ਕਿ ਉੱਥੇ ਤਾਂ ਚਲੋ ਜਿੱਦਾਂ ਜੇ ਵੀਡੀਓ ਬਣੀ ਠੀਕ ਹੈ, ਨਹੀਂ ਤਾਂ ਜਿੰਨੀ ਕੁ ਬਣੀ ਆ ਉੱਨੀ ਕੁ ਬਣਾਵਾਂਗੇ। ਅਤੇ ਇੱਕ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਚਾਹੁੰਦੇ ਹਾਂ ਕਿ ਜੇ ਤੁਸੀਂ ਕਿਸੇ ਵੀ ਬੰਦੇ ਤੋਂ ਲਾਇਸੈਂਸ ਅਪਲਾਈ ਕਰਦੇ ਹਾਂ ਤਾਂ ਸਿਰਫ ਤੁਸੀਂ ਜਿਹੜੀ ਫੀਸ ਆ ਉੱਥੇ ਜਿਹੜੀ ਆਪਣੀ ਲਾਇਸੈਂਸ ਦੀ ਅਤੇ ਫਾਈਲ ਦੀ ਦੇਣੀ ਆ ਨਾ, ਵਾਧੂ ਕੋਈ ਮਤਲਬ ਫੀਸ ਨਹੀਂ ਦੇਣੀ। ਕਿਉਂਕਿ ਮੇਰੀ ਇੱਦਾਂ ਹੋਈ ਸੀਗੀ, ਮੈਂ ਕਰੋਨਾ ਤੋਂ ਪਹਿਲਾਂ ਦਾ ਅਪਲਾਈ ਕੀਤਾ ਸੀਗਾ ਜਦੋਂ ਮੇਰੀ ਟਰਾਈ ਹੋਣੀ ਸੀਗੀ, ਕਿਤੇ ਗਲਤੀ ਨਾਲ ਉੱਥੇ ਦੇ ਸਟਾਫ ਤੋਂ ਇਹ ਕਿਹਾ ਹੋ ਗਿਆ ਸੀ ਮੈਨੂੰ ਜਦੋਂ ਮੈਂ ਟਰਾਈ ਦੇਣ ਗਿਆ ਕਿ ਸਰ ਤੁਸੀਂ ਬਾਹਰ ਜਾ ਕੇ ਬੈਠੋ, ਤੁਹਾਨੂੰ ਆਵਾਜ਼ ਪੈਂਦੀ ਹੈ ਨਾ। ਅਤੇ ਮੇਰਾ ਜਦੋਂ ਟਾਈਮ ਵੀ ਨਿਕਲ ਗਿਆ ਅਤੇ ਉੱਧਰ ਸਾਰਾ ਜਿਹੜਾ ਦਫ਼ਤਰ ਸੀ ਉਹ ਵੀ ਬੰਦ ਹੋ ਗਿਆ, ਉਹ ਤੋਂ ਬਾਅਦ ਕਰੋਨਾ ਲੱਗ ਗਿਆ। ਅਗਲੇ ਕਹਿੰਦੇ ਕਿ ਨਵੀਂ ਆਪਣੀ ਅਪੁਆਇੰਟਮੈਂਟ ਹੈ ਨਾ ਤੁਸੀਂ ਕਢਵਾਓ ਜਿੱਦਾਂ ਵੀ ਆ, ਅਤੇ ਉਹ ਉਦੋਂ ਨਹੀਂ ਨਿਕਲੀ ਸੀ। ਅਤੇ ਹੁਣ ਘੱਟੋ ਘੱਟ ਤੁਸੀਂ ਕਹਿ ਲਓ ਸਾਲ ਬਾਅਦ, ਸਾਲ ਦੋ ਸਾਲ ਬਾਅਦ ਮੇਰਾ ਲਾਇਸੈਂਸ ਬਣਨ ਲੱਗਾ ਫਿਰ ਦੁਬਾਰਾ। ਅਤੇ ਉਹਦੇ ਵਿੱਚ ਵੀ ਇੱਦਾਂ ਹੋਈ ਕਿ ਅੱਜ 8 ਤਰੀਕ ਆ ਜੂਨ ਦੀ, ਅਤੇ ਮੇਰੀ 31 ਮਈ ਦੀ ਮਤਲਬ ਨਿਕਲੀ ਸੀਗੀ ਪਹਿਲਾਂ ਅਪੁਆਇੰਟਮੈਂਟ। ਉੱਦਣ ਗਏ ਹਾਂ, ਮੀਂਹ ਪੈ ਗਿਆ ਸੀਗਾ, ਅਤੇ ਜਿੰਨਾ ਵੀ ਟਰੈਕ ਸੀਗਾ ਉੱਥੇ ਜਿਹੜਾ RTO ਦਫ਼ਤਰ ਬਣਿਆ ਹੁੰਦਾ ਉੱਥੇ ਕੈਮਰੇ ਲੱਗੇ ਹੁੰਦੇ ਆ, ਉਹ ਜਿਹੜੇ ਸੀਗੇ ਬੰਦ ਕਰ ਦਿੱਤੇ ਸੀਗੇ। ਉਹਨਾਂ ਨੇ ਪਾਣੀ ਵੀ ਖੜਾ ਸੀ ਟਰੈਕ ਉੱਪਰ, ਕਹਿੰਦੇ ਟਰਾਈ ਨਹੀਂ ਹੋਣੀ। ਅਤੇ ਜਦੋਂ ਮੈਂ ਉੱਥੇ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਕਿ ਭਾਜੀ ਕਿ ਹੁਣ ਕੀ ਚੱਕਰ ਪਊਗਾ, ਕਹਿੰਦੇ ਜਦੋਂ ਮਰਜ਼ੀ ਜਿਹੜੀ ਮਰਜ਼ ਮਤਲਬ ਤੁਸੀਂ ਦੀਵਾਨ ਜਿਹੜੀ ਸਾਈਡ ਆ ਗੌਰਮੈਂਟ ਤੋਂ ਜਾ ਕੇ ਤੁਸੀਂ ਆਪਣੀ ਅਪੁਆਇੰਟਮੈਂਟ ਚੱਕ ਸਕਦੇ ਹਾਂ। ਅਤੇ ਉਹ ਕਈ ਵਾਰੀ ਸਾਡੇ ਕੋਲੋਂ ਲੋਕਲ ਜਿੱਦਾਂ ਆਪਾਂ ਆ ਨਹੀਂ ਚੱਕ ਹੁੰਦੀ ਹੈ ਨਾ, ਕਿਉਂਕਿ ਆਪਾਂ ਤਾਂ ਬਹੁਤ ਕਿਤੇ ਘੱਟ ਯੂਜ਼ ਕਰਦੇ ਹਾਂ। ਜਿਹੜੇ ਬੰਦੇ ਇਹ ਕੰਮ ਕਰਦੇ ਉਹਨਾਂ ਨੂੰ ਤਾਂ ਲੌਗਇਨ ਕੀਤਾ ਹੁੰਦਾ ਆ, ਤੁਸੀਂ ਉਹਨਾਂ ਤੋਂ ਕਢਵਾਓ, ਉਹ ਨਿਕਲਦੀ ਫ੍ਰੀ ਆ। ਪਰ ਜਿਹੜੇ ਬੰਦੇ ਤੋਂ ਮੈਂ ਲਾਇਸੈਂਸ ਬਣਵਾਇਆ ਸੀਗਾ, ਮੈਂ ਵੀ ਕਿਸੇ ਦੇ ਕਹੇ 'ਤੇ ਉਸ ਬੰਦੇ ਕੋਲ ਗਿਆ ਸੀਗਾ ਚਲੋ, ਪਰ ਉਸ ਬੰਦੇ ਨੇ ਮੈਨੂੰ ਉਹ 200 ਰੁਪਇਆ ਫੀਸ ਦਾ ਕਹਿਤਾ। 200 ਰੁਪਇਆ ਵੱਡਾ ਨਹੀਂ, ਜਦ ਕਿ ਜਿਹੜੀ ਚੀਜ਼ ਫ੍ਰੀ ਆ ਉਹ ਫ੍ਰੀ ਹੋਣੀ ਚਾਹੀਦੀ ਆ। ਅਤੇ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਸ ਵੀਡੀਓ ਦੇ ਵਿੱਚ ਇੱਕ ਜ਼ਰੂਰੀ ਗੱਲ ਕਿ ਜਦੋਂ ਵੀ ਅਪੁਆਇੰਟਮੈਂਟ ਚੁਕਾਉਣੀ ਆ ਉਹ ਫ੍ਰੀ ਚੱਕ ਹੁੰਦੀ ਆ। ਅਤੇ ਮੈਂ ਹੁਣ ਦੁਬਾਰਾ ਕਿਸੇ ਹੋਰ ਬੰਦੇ ਕੋਲੋਂ ਅਪੁਆਇੰਟਮੈਂਟ ਚੁਕਵਾਈ ਅਤੇ ਫ੍ਰੀ ਚੁਕਾ ਹੋਈ ਸੀਗੀ, ਅਤੇ 31 ਦੀ ਜਿਹੜੀ ਸੀਗੀ ਉਹ ਕੈਂਸਲ ਹੋ ਗਈ ਸੀਗੀ। ਅਤੇ ਅੱਜ ਹੈਗੀ 8 ਤਰੀਕ, ਸਵੇਰੇ 7:30 ਤੋਂ ਲੈ ਕੇ 9 ਵਜੇ ਦਾ ਟਾਈਮ ਸੀਗਾ। ਟਾਈਮ ਤੁਸੀਂ ਆਪਣੀ ਮਰਜ਼ੀ ਨਾਲ ਖਾ ਸਕਦੇ ਆ ਨਾ, ਜਦੋਂ ਵੀ ਤੁਹਾਡਾ ਮਤਲਬ ਤੁਸੀਂ ਫ੍ਰੀ ਟਾਈਮ ਹੈਗੇ ਆ ਉਦੋਂ ਦਾ ਤੁਸੀਂ ਟਾਈਮ ਦੇਖ ਲਓ ਆਪਣੇ ਹਿਸਾਬ ਨਾਲ। ਅਤੇ ਬਾਕੀ ਬੁੱਲੋਵਾਲ ਪਹੁੰਚ ਗਏ ਹਾਂ ਹੁਣ, ਅਤੇ ਹੁਸ਼ਿਆਰਪੁਰ ਵੱਲ ਜਾਂਦੇ ਪਏ ਹਾਂ। ਅਤੇ ਦਿਖਾਉਂਦੇ ਹਾਂ ਤੁਹਾਨੂੰ ਨਾਲੇ ਬਾਹਰਲਾ ਵਿਊ। ਕੱਲ੍ਹ ਮੀਂਹ ਪਿਆ ਆ, ਗਰਮੀ ਜ਼ੋਰਾਂ 'ਤੇ ਆ ਵੈਸੇ, ਮੀਂਹ ਪਏ ਹੁਣ ਕਰਕੇ ਚਲੋ ਥੋੜ੍ਹਾ ਬਹੁਤ ਠੰਡਾ ਮਾਹੌਲ ਹੈ, ਕਿ ਸਵੇਰ ਦਾ ਟਾਈਮ ਆ। ਲੋਕ ਹੁਣ ਨਵੇਂ ਤੋਂ ਨਵੇਂ ਆਉਣਗੇ, ਅਤੇ ਮੋਬਾਈਲ ਆਪਾਂ ਲੈ ਲਿਆ ਸੀਗਾ ਨਵਾਂ VO 27, ਸ਼ਾਇਦ ਮੈਂ ਤਾਂ ਰਿਵਿਊ ਸ਼ਾਇਦ ਹੀ ਕਰਾਂ ਜਾਂ ਅਨਬੋਕਸਿੰਗ, ਕਿਉਂਕਿ ਮੈਨੂੰ ਚਲਾਉਂਦੇ ਨੂੰ 2-3 ਹਫ਼ਤੇ ਹੋ ਗਏ ਆ। ਅਤੇ ਬਾਕੀ ਗਾਂਹ ਤੋਂ ਗਾਂਹ ਹੋਰ ਵੀ ਨਵੇਂ ਬਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ, ਕਾਫੀ ਕੰਟੈਂਟ ਹੈ ਆਪਣੇ ਕੋਲ ਬਲੌਗ ਬਣਾਉਣ ਨੂੰ। ਥੋੜ੍ਹੇ ਬਹੁਤੇ ਆਪਣੇ ਰੈਗੂਲਰ ਕੰਮਾਂ 'ਚ ਬਿਜ਼ੀ ਹੋਣ ਕਰਕੇ ਬਲੌਗ ਨਹੀਂ ਬਣਦੇ। ਅਤੇ ਹੁਣ ਜਾਂਦੇ ਪਏ ਹਾਂ ਬਾਹਰਲਾ, ਤੁਹਾਨੂੰ ਦਿਖਾਉਂਦੇ ਹਾਂ ਵਿਊ, ਅਤੇ ਬਲੌਗ 'ਚ ਬਣੇ ਰਹੋ। ਅਤੇ ਤੁਹਾਨੂੰ RTO ਦਫ਼ਤਰ ਜਾ ਕੇ ਮਿਲਦੇ ਹਾਂ, ਜੇ ਟਾਈਮ ਹੋਇਆ ਤਾਂ ਹੁਸ਼ਿਆਰਪੁਰ ਜਾਵਾਂਗੇ, ਕੁਝ ਖਾਣ ਪੀਣ ਨਹੀਂ ਹੋਇਆ ਅਤੇ ਸਿੱਧੇ ਵਾਪਸੀ ਘਰ ਆ, ਕਿਉਂਕਿ ਭਾਜੀ ਹੁਣਾਂ ਨੂੰ ਵੀ ਕੰਮ ਆ ਜਿਹੜੇ ਨਾਲ ਆਇਆ, ਅਤੇ ਮੈਨੂੰ ਵੀ ਕੰਮ ਸਟੂਡੀਓ ਥੋੜ੍ਹੇ ਜਿਹੇ। ਅਤੇ ਵੱਧ ਤੋਂ ਵੱਧ ਮੈਂ ਇਹੀ ਕਹਿੰਦਾ ਸਪੋਰਟ ਕਰਿਆ ਕਰੋ ਲੋਕਾਂ ਨੂੰ, ਕਿ ਚਲੋ ਕਿਸੇ ਬਾਕੀ ਤੁਸੀਂ ਬਾਹਰਲਾ ਮਾਹੌਲ ਦੇਖ ਲਓ। ਇੱਧਰ ਹੁਸ਼ਿਆਰਪੁਰ ਨੂੰ ਕਹਿੰਦੇ ਆ ਜਿਹੜਾ ਦਰੱਖਤਾਂ ਦਾ ਸ਼ਹਿਰ ਕਿਹਾ ਜਾਂਦਾ ਆ ਰੁੱਖਾਂ ਦਾ, ਕਿਉਂਕਿ ਇੰਨੇ ਜ਼ਿਆਦਾ ਇੱਥੇ ਦਰੱਖਤ ਆ, ਇਸ ਕਰਕੇ ਠੰਡ ਆ। ਬਾਕੀ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਦਾਂ ਤੁਹਾਨੂੰ ਪਤਾ ਕਿ ਪਿੱਛੇ ਜੇ ਕਰੋਨਾ ਆਇਆ ਸੀਗਾ, ਸਭ ਤੋਂ ਜ਼ਿਆਦਾ ਕੇਸ ਸੀਗੇ ਜਿਹੜੇ ਸ਼ਹਿਰਾਂ ਨਾਲ ਨਿਕਲੇ ਸੀ, ਇਸੇ ਗੱਲੋਂ ਕਿ ਲੋਕ ਦਰੱਖਤ ਨਹੀਂ ਲਗਾਉਂਦੇ। ਆਪਣੇ ਪੇਂਡੂ ਏਰੀਆ ਵਿੱਚ ਤੁਸੀਂ ਦੇਖ ਲਓ ਦਰੱਖਤ ਹੀ ਦਰੱਖਤ ਹੁੰਦੇ ਆ, ਬਹੁਤ ਘੱਟ ਚਾਂਸ ਸੀਗੇ ਕਿ ਜਿਹੜੇ ਪਿੰਡਾਂ ਦੇ ਵਿੱਚ ਕਰੋਨਾ ਆਇਆ ਜਾਂ ਕੁਛ ਵੀ ਆ। ਕੱਲ੍ਹ ਦਾ ਪਿਆ ਸੀਗਾ ਮੀਂਹ, ਅਤੇ ਇਸ ਕਰਕੇ ਸਕਾਈ ਵੀ ਪੂਰਾ ਹੋਇਆ ਨੀਲਾ, ਅਤੇ ਇੱਥੇ ਸੜ ਕੇ ਪਹੁੰਚ ਗਏ ਹਾਂ। ਲਓ ਜੀ ਆਪਾਂ ਟੂਲ ਭਾਜਾ ਟੱਪ ਕੇ ਤਾਂ ਅੱਗੇ ਰੁਕੇ ਹਾਂ ਆ ਕੇ ਇੱਥੇ, ਅਤੇ ਗੱਡੀ ਕਰਨ ਮਤਲਬ ਸੀਟ ਚੇਂਜ ਕਰਨ ਲੱਗੇ ਹਾਂ। ਅਤੇ ਮੈਂ ਕਿਹਾ ਚਲੋ ਮੈਂ ਦੇਖਦਾ ਚਲਾ ਕੇ, ਅਤੇ ਭਾਜੀ ਕਹਿੰਦੇ ਆ ਕਿ ਥੋੜ੍ਹਾ ਜਿਹਾ ਗੱਡੀ ਦਾ ਕੰਮ ਕਰਵਾਇਆ ਆ, ਕਲੱਚ ਹੈਗਾ ਟਾਈਟ ਇਹਦਾ, ਕਿਉਂਕਿ ਉੱਥੇ ਗੱਡੀ ਚਲਾਉਣੀ ਵੀ ਪੈਣੀ ਆ ਅਤੇ ਥੋੜ੍ਹੀ ਹੱਥ ਲੱਗ ਜਾਵੇ, ਇਸ ਕਰਕੇ ਹੁਣ ਮੈਂ ਗੱਡੀ ਆਪ ਚਲਾ ਕੇ ਲੱਗਾ ਦੇਖਣ।
ਬਸ ਥੋੜਾ ਲਾਗੇ ਹੀ ਪਹੁੰਚ ਗਏ ਆ ਆਪਾਂ ਪਹੁੰਚਣੇ ਵਾਲੇ ਆ ਆਰਟੀਓ ਦਫ਼ਤਰ ਆਰਟੀਓ ਦਫ਼ਤਰ ਗਏ ਆ ਪਹੁੰਚਦੇ ਉਹ ਉਧਰ ਸਾਹਮਣੇ ਹੈਗਾ ਦਫ਼ਤਰ ਤੇ ਉਹ ਸਾਹਮਣੇ ਹੋਣੀ ਹੈ ਟਰਾਈ ਅੰਦਰ ਚੱਲਦੇ ਆ ਪੁੱਛਦੇ ਆ ਕੀ ਹਿਸਾਬ ਕਿਤਾਬ ਆ ਇੱਧਰ ਹੈਗੀ ਆਪਣੀ ਫਾਈਲ ਤੇ ਗੱਲਬਾਤ ਕਰਦੇ ਆ ਸਿੱਧੀ ਟਰਾਈ ਆ ਆਪਣੀ ਅੰਦਰ ਜਿਹੜੀ ਫੋਟੋ ਫੋਟੋ ਹੋਣੀ ਸੀ ਉਹ ਹੋਈਊ ਆ ਪੁੱਛ ਕੇ ਦੇਖਦੇ ਹਾਂ ਭਾਅ ਜੀ ਉਹਨਾਂ ਨੂੰ ਕੀ ਮਾਹੌਲ ਆ ਤੇ ਗੱਡੀ ਲਾ ਲਈ ਇੱਥੇ ਤੇ ਗੱਡੀ ਦੇ ਨਾਲ ਸਾਨੂੰ ਮੋਟਰਸਾਈਕਲ ਦੀ ਲੋੜ ਪੈਣੀ ਹੈ ਕਿਉਂਕਿ LNV ਅਤੇ MCWG ਜਿਹੜਾ ਛੋਟਾ ਦੋਨੋਂ ਲਾਇਸੈਂਸ ਬਣਨੇ ਆ ਮਤਲਬ ਕਿ ਬਣਨਾ ਤਾਂ ਇੱਕੋ ਹੀ ਆ ਵੱਡਾ ਕਾਰ ਵਾਲਾ ਤਾਂ ਇੱਥੇ ਲੱਗਦੀਆਂ ਨੰਬਰ ਪਲੇਟਾਂ ਜਿਹੜਾ ਬਾਹਰ ਹੈ ਇੱਧਰ ਆਹ ਬਣੇ ਆ ਸ਼ੈੱਡ ਅਤੇ ਸਾਹਮਣੇ ਗੱਡੀ ਦੀ ਹੁੰਦੀ ਪਈ ਹੈ ਟਰਾਈ ਅਤੇ ਆਪਾਂ ਸਿੱਧਾ ਜੀ ਪਹੁੰਚ ਇੱਧਰ ਅੰਦਰ ਐਂਟਰੀ ਕਰ ਗਏ ਹਾਂ ਅਤੇ ਉੱਧਰ ਹੋਣੀ ਹੈਗੀ ਪਹਿਲਾਂ ਮੇਰੀ ਵੀ ਐਕਟੀਵਾ ਦੀ ਪਹਿਲਾਂ ਅਤੇ ਟੂ ਵੀਲਰ ਦਾ ਦੇਣਾ ਟਰਾਈ ਦੇਣੀ ਉੱਧਰ ਟੈਸਟ ਆਪਾਂ ਉਸ ਤੋਂ ਬਾਅਦ ਫਿਰ ਗੱਡੀ ਦੀ ਹੋਣੀ ਹੈ ਆਰਟੀਓ ਦਫ਼ਤਰ ਤੋਂ ਨਿਕਲੇ ਹਾਂ ਜੀ ਟਰਾਈ ਦੇ ਕੇ ਅਤੇ ਅੰਦਰ ਵੀਡੀਓ ਨਹੀਂ ਬਣਾਉਣੀ ਗੱਲ ਦਿੱਤੀ ਸੀ ਕਿ ਸਾਨੂੰ ਮਨਾ ਕਿਉਂਕਿ ਗੌਰਮੈਂਟ ਇਹ ਪਲੇਸ ਆ ਜਿੱਦਾਂ ਸਰਕਾਰੀ ਦਾਇਰੇ ਦੇ ਅੰਦਰ ਜਿੱਦਾਂ ਆਪਾਂ ਨਹੀਂ ਬਣਾ ਸਕਦੇ ਹੈ ਨਾ ਵੀਡੀਓ ਜਿੰਨੀ ਕੁ ਬਣੀ ਸੀ ਉਨੀ ਕਲਿੱਪਾਂ ਮੈਂ ਲਾ ਦੇਣੀ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਜੀ ਇੱਥੇ ਜਿਹੜਾ ਬਹੁਤ ਮਸ਼ਹੂਰ ਜੂਸ ਆ ਲਗਭਗ ਕਾਫੀ ਬੰਦੇ ਨੇ ਤਾਂ ਪੀਤਾ ਹੀ ਹੋਣਾ ਆ ਅਤੇ ਇਹ ਹੈਗਾ ਜੀ ਟਾਂਡੇ ਤੋਂ ਜਦੋਂ ਆਪਾਂ ਜਾਈਦਾ ਹੁਸ਼ਿਆਰਪੁਰ ਨੂੰ ਤਾਂ ਮੂਹਰੇ ਪਹਿਲਾਂ ਟਾਂਡਾ ਚੌਂਕ ਹੀ ਆਉਣਾ ਆ ਇੱਥੋਂ ਆਪਾਂ ਹੋ ਜਾਣਾ ਆ ਸੱਜੇ ਹੱਥ ਇੱਧਰ ਆਪਾਂ ਹੁਸ਼ਿਆਰਪੁਰ ਸ਼ਹਿਰ ਵੱਲੋਂ ਜਾਈਦਾ ਤਾਂ ਇੱਕ ਸਿੱਧਾ ਹੀ ਆਉਂਦਾ ਆ ਜਿਹੜਾ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਵੱਲਦੀ ਹੋ ਕੇ ਸਿੱਧੇ ਭੰਗੀ ਚੋਂ ਨਿਕਲਦਾ ਭੰਗੀ ਚੋਂ ਵੱਲ ਨੂੰ ਨਹੀਂ ਜਾਣਾ ਆਪਾਂ ਇੱਧਰ ਦੀ ਜਾਣਾ ਆ ਬਾਹਰ ਬਾਹਰ ਦੀ ਜਿੱਦਾਂ ਦੀ ਬੱਸਾਂ ਜਾਂਦੀਆਂ ਆ ਅਤੇ ਉੱਥੇ ਹੈਗਾ ਜੀ ਹੁਸ਼ਿਆਰਪੁਰ ਵੱਲੋਂ ਮੁੜ ਗਏ ਹਾਂ ਅਤੇ ਆ ਜਾਂਦਾ ਸਿੱਧਾ ਭੰਗੀ ਚੋਂ ਵੱਲ ਨੂੰ ਰੋਡ ਅਤੇ ਰੋਡ ਬਾਕੀ ਤੁਹਾਨੂੰ ਇੱਥੇ ਚੜ੍ਹ ਕੇ ਪਤਾ ਲੱਗ ਹੀ ਜਾਣਾ ਕਿੰਨਾ ਕੁ ਸਾਫ਼ ਆ ਅਤੇ ਉੱਧਰ ਉਹ ਸਾਹਮਣੇ ਲੱਗੀਆਂ ਰੇਹੜੀਆਂ ਜਿੱਥੇ ਆਪਾਂ ਜਾਣਾ ਆ ਅਤੇ ਬਾਕੀ ਇੱਕ ਗੱਲ ਮੈਨੂੰ ਹੋਰ ਦੱਸਿਓ ਕਿ ਨਵਾਂ ਮੋਬਾਈਲ ਲਿਆ ਅਤੇ ਵੀਡੀਓ ਦੀ ਕੁਆਲਿਟੀ ਤੁਹਾਨੂੰ ਕਿੱਦਾਂ ਲੱਗੀ ਐਤਕੀ ਸਪੈਸ਼ਲ ਵਲੋਗਾਂ ਵਾਸਤੇ ਫੋਨ ਲਿਆ ਆ ਭਾਅ ਜੀ ਜਿਹੜੀ ਮਰਜ਼ੀ ਰੇਹੜੀ 'ਤੇ ਰੋਕ ਲਿਓ ਮੈਂ ਇੱਥੇ ਰੋਕ ਲਓ ਪਹਿਲੀ ਤਾਂ ਜਿੱਥੇ ਮੁੰਡੇ ਖੜ੍ਹੇ ਆ ਅਤੇ ਆ ਰੇਹੜੀਆਂ ਇੱਥੇ 5-6 ਰੇਹੜੀਆਂ ਆ ਜਿੱਥੋਂ ਮਰਜ਼ੀ ਤੁਸੀਂ ਖਾ ਪੀ ਸਕਦੇ ਹਾਂ ਇੱਧਰ ਪੈਟਰੋਲ ਪੰਪ ਆ ਸਾਹਮਣੇ ਅਤੇ ਬਾਕੀ ਦੇਖ ਲਓ ਇੱਧਰ ਮੀਂਹਾਂ ਦੇ ਹਾਲ ਮੀਂਹ ਪਏ ਹੋ ਆ ਸਵੀਮਿੰਗ ਪੂਲ ਹੀ ਬਣਾ ਤੇ ਵਾ ਸੜਕਾਂ 'ਤੇ ਟੋਆ ਤਾਂ ਕੋਈ ਹੈ ਹੀ ਨਹੀਂ ਹੈ ਨਾ ਇੱਕ ਇਹ ਰੋਡ ਹੋ ਗਿਆ ਜਿਹੜਾ ਆਪਣੇ ਇੱਧਰੋਂ ਜਾਈਦਾ ਆਪਾਂ ਟਾਂਡੇ ਏਰੀਏ ਤੋਂ ਆਹ ਵਾਲਾ ਇੱਕ ਚੋਹਾਲ ਵਾਲਾ ਚਿੰਤਪੁਰਨੀ ਵਾਲਾ ਰੋਡ ਅਤੇ ਜਿਹੜਾ ਹੁਸ਼ਿਆਰਪੁਰ ਤੋਂ ਜਲੰਧਰ ਮਤਲਬ ਕਿ ਜਿੰਨੇ ਵੀ ਹੁਸ਼ਿਆਰਪੁਰ ਦੇ ਅੰਦਰ ਰੋਡ ਵੜਦੇ ਆ ਅਲੱਗ ਅਲੱਗ ਸ਼ਹਿਰਾਂ ਤੋਂ ਆ ਕੇ ਸਾਰੇ ਹੀ ਰੋਡਾਂ ਰੋਡ ਟੁੱਟੇ ਹੋਏ ਆ ਰੇਹੜੀ 'ਤੇ ਗਏ ਆ ਪਹੁੰਚ ਲਓ ਜੀ ਜੂਸ ਦਾ ਗਲਾਸ ਗਿਆ ਆ ਅਤੇ 50 ਰੁਪਏ ਦਾ ਰੇਟ ਆ ਜਿਹੜਾ ਬੰਦਾ ਇਹਨੂੰ ਪੀ ਲੂਗਾ ਤਾਂ ਰੋਟੀ ਨਹੀਂ ਖਾਂਦਾ ਬਾਅਦ 'ਚ ਤਾਂ ਭੁੱਖ ਲੱਗਦੀ ਨਹੀਂ ਹੈਗੀ ਨਾਰ ਵਗੈਰਾ ਕੇਲੇ ਕੂਲੇ ਕਈ ਕੁਛ ਪਾਇਆ ਹੁੰਦਾ ਵਿੱਚ ਅਤੇ ਬਾਕੀ ਜਿਨ੍ਹਾਂ ਨੇ ਖਾਣਾ ਪੀਣਾ ਹੁੰਦਾ ਆ ਹੁਸ਼ਿਆਰਪੁਰ ਗੇੜਾ ਵੱਜਦਾ ਅਤੇ ਵੇਟ ਜ਼ਰੂਰ ਕਰਿਓ ਇੱਥੇ ਰੇਹੜੀਆਂ 5-7 ਹੈਗੀਆਂ ਸਪੈਸ਼ਲੀ ਲੋਕ ਆਉਂਦੇ ਆ ਅਤੇ ਉਹਨਾਂ ਤੁਹਾਨੂੰ ਪੀ ਕੇ ਮਿਲਦੇ ਆ ਜੂਸ ਦਾ ਸਵਾਦ ਆ ਪੈਸੇ ਪੀ ਸਕਦੇ ਹਾਂ ਤੁਸੀਂ ਵਧੀਆ ਚੀਜ਼ ਬਣਾਉਂਦੇ ਆ ਥੋੜ੍ਹਾ ਟਾਈਮ ਹੀ ਹੋਇਆ ਸਾਲ ਖੰਡ ਜਿੱਦਾਂ ਬਣਦੇ ਨੂੰ ਹੈ ਨਾ ਅਤੇ ਬਾਕੀ ਪੀ ਕੇ ਜ਼ਰੂਰ ਜਾਇਓ ਜੂਸ ਜਾਸ ਪੀ ਕੇ ਅਤੇ ਹੁਣ ਆਪਾਂ ਚੱਲੇ ਹਾਂ ਜੀ ਵਾਪਸ ਘਰ ਨੂੰ ਅਤੇ ਬਲੌਗ ਨੂੰ ਵੱਧ ਤੋਂ ਵੱਧ ਕਰਿਓ ਤੁਸੀਂ ਸਪੋਰਟ ਅਤੇ ਇੱਕ ਚੀਜ਼ ਤੁਸੀਂ ਹੋਰ ਨੋਟਿਸ ਕੀਤੀ ਹੋਣੀ ਆ ਕਿ ਨਾਲ ਵਾਲੇ ਭਾਅ ਜੀ ਗੱਡੀ 'ਚ ਇਸ ਟਾਈਮ ਹੈ ਨਹੀਂ ਗਏ ਅਤੇ ਵੀਡੀਓ 'ਚ ਕੱਲ੍ਹ ਨੇ ਭਾਅ ਜੀ ਥੋੜ੍ਹੀ ਮੰਨਦੇ ਸੀਗੇ ਸੰਘ ਇਸ ਕਰਕੇ ਆਪਾਂ ਵੀਡੀਓ 'ਚ ਨਹੀਂ ਲਿਆਉਂਦਾ ਡਰਾਈਵ ਵੀ ਦੇ ਡਰਾਈਵ ਦੀ ਟੈਸਟ ਵੀ ਦੇ ਦਿੱਤਾ ਆਪਾਂ ਅਤੇ ਜੂਸ ਵੀ ਪੀ ਲਿਆ ਸਪੈਸ਼ਲ ਇਹੀ ਕੰਮ ਸੀਗੇ ਅਤੇ ਟਾਈਮ ਹੈਗਾ ਥੋੜ੍ਹਾ ਨਹੀਂ ਤਾਂ ਹੁਸ਼ਿਆਰਪੁਰ ਵਿੱਚ ਹੋਰ ਵੀ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਦੇਖਣ ਵਾਲੀਆਂ ਉੱਥੇ ਦਾ ਬਲੌਗ ਹੁਣ ਫੇਰ ਬਣਾਵਾਂਗੇ ਮੈਂ ਸੋਚਿਆ ਕਿ ਗਾਂਹ ਜਿਹੜੇ ਬਲੌਗ ਆਉਣਗੇ ਥੋੜ੍ਹੇ ਹੁਸ਼ਿਆਰਪੁਰ ਦੇ ਬਣਾਈਏ ਕਿਉਂਕਿ ਹੁਸ਼ਿਆਰਪੁਰ 'ਚ ਘੁੰਮਣ ਨੂੰ ਵੀ ਕਾਫੀ ਜਗ੍ਹਾ ਹੈਗੀਆਂ ਇੱਦਾਂ ਦੀਆਂ ਅਤੇ ਖਾਣ ਪੀਣ ਨੂੰ ਮੈਂ ਕਈ ਵਾਰੀ ਫੇਸਬੁੱਕ ਵਗੈਰਾ 'ਤੇ ਬਲੌਗ ਦੇਖਦਾ ਉਹਨਾਂ ਕਈ ਬਲੌਗਰਾਂ ਦੇ ਕਿ ਖਾਣ ਪੀਣ ਨੂੰ ਬਹੁਤ ਪੁਰਾਣੀਆਂ ਪੁਰਾਣੀਆਂ ਦੁਕਾਨਾਂ ਇੱਥੇ ਇੱਕ ਤਾਂ ਹੋਰ ਜਿੱਥੇ ਅਸੀਂ ਖਾਸ ਪੇਪਰ ਪਾਏ ਹੀ ਆ ਪੇਪਰ +2 ਦੇ ਮੈਂ ਪਾਏ ਸੀ ਤਾਂ ਉੱਥੇ ਵੀ ਮਤਲਬ ਕਿ ਬਹੁਤ ਪੁਰਾਣੀ ਦੁਕਾਨ ਆ ਤਾਂ ਉੱਥੇ ਦੇ ਵੀ ਮਤਲਬ ਕਿ ਬਲੌਗ ਬਣਾਵਾਂਗੇ ਗਾਂਹ ਤੋਂ ਗਾਂਹ ਅਤੇ ਬਲੌਗ ਨੂੰ ਸਪੋਰਟ ਜ਼ਰੂਰ ਕਰਿਓ ਅਤੇ ਲਾਈਕ ਕਰਿਓ ਕਮੈਂਟ ਕਰਿਓ ਅਤੇ ਕੁਆਲਿਟੀ ਤੁਹਾਨੂੰ ਮੈਂ ਫਿਰ ਪੁੱਛਣ ਲੱਗਾ ਦੱਸਿਓ ਕਿੱਦਾਂ ਦੀ ਆ ਕੈਮਰੇ ਦੀ ਅਤੇ ਮਿਲਦਾ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਅਤੇ ਬਹੁਤ ਬਹੁਤ ਧੰਨਵਾਦ ਬਲੌਗ ਦੇਖਣ ਲਈ
ਸਾਡੇ।